Hi guys I hope you all are doing great ਜਿਵੇਂ ਤੁਸੀਂ ਨਵੇਂ ਮੇਰੇ ਚੈਨਲ ਤੇ ਮੇਰਾ ਨਾਮ ਹੈਗਾ ਸੋਨੀਆ ਸੋ ਵੈਲਕਮ ਟੂ ਮਾਈ ਚੈਨਲ ਤੁਹਾਨੂੰ ਪਤਾ ਫੈਸਟੀਵਲ ਸੀਜ਼ਨ ਆ ਰਿਹਾ ਦੀਵਾਲੀ ਆ ਰਹੀ ਆ ਤੇ ਮੈਂ ਆਪਣੇ ਘਰ ਨੂੰ ਡੀਪ ਕਲੀਨ ਕਰਨਾ ਚਲੋ ਸਭ ਤੋਂ ਪਹਿਲਾਂ ਤਾਂ ਕਿਚਨ ਤੋਂ ਸਟਾਰਟ ਕਰਦੇ ਆਂ ਐਂਡ ਫਿਰ ਜਿਤੇ ਜਿੰਦਾ ਮੈਂ ਕਵਰ ਕਰਦੀ ਰਹੂੰਗੀ ਟਿਪਸ ਐਂਡ ਟ੍ਰਿਕਸ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰਦੀ ਰਹੂੰਗੀ ਸਭ ਤੋਂ ਪਹਿਲਾਂ ਚਲਦੇ ਕਿਚਨ ਤੋਂ ਸਟਾਰਟ ਕਰੂੰਗੀ ਪਹਿਲਾਂ तुम ओवन क्लीनर स्प्रे भी यूज़ कर सकते हैं मैं डॉन द पावर वॉश यूज़ कर ना स्प्रे करके फिर फोम के नपोंज के चंकी तरह स्प्रैड करना आ एंड uh, मैं स्प्रैड तो बाद फिर यू मैं छा एटलीस्ट फाइव टू तो टेन तो मिनट्स ਇਹ ਚਿਮਨੀ ਹੁੰਦੀ ਆ ਇਹਦੇ ਵਿੱਚ ਵੀ ਕਾਫੀ ਆਇਲ ਹੋ ਜਾਂਦਾ ਸੋ ਇਹਨੂੰ ਮੈਂ ਹਮੇਸ਼ਾ ਵਾਸ਼ ਕਰਦੀ ਆ ਜੇ ਤੁਹਾਨੂੰ ਨਹੀਂ ਪਤਾ ਕਿ ਇਹਨੂੰ ਕਿੱਦਾਂ ਕਲੀਨ ਕਰਨਾ ਹੁੰਦਾ ਆ ਸੋ ਇਹਦੇ ਇਦਾਂ ਫਿਲਟਰ ਆ ਜੇ ਤੁਹਾਡੇ ਕੋਲ ਵੀ ਇਦਾਂ ਦੀ ਚਿਮਨੀ ਆ ਸੋ ਫਿਲਟਰਸ ਨੂੰ ਆਊਟ ਕਰ ਲੈਣਾ ਹੁੰਦਾ ਲਾਈਕ ਥਿਸ ਇਦਾਂ ਈਜ਼ੀਲੀ ਇਦਾਂ ਈਜ਼ੀਲੀ ਇਹ ਬਾਹਰ ਆ ਜਾਂਦੇ ਆ ਜੂ ਕੈਨ ਸੀ ਕਿ ਕਿੰਨਾ ਇਹਦੇ ਵਿੱਚ ਆਇਲ ਹੁੰਦਾ ਆ ਸੋ ਇਹਦੇ ਵਿੱਚ ਦੋ ਫਿਲਟਰ ਹੁੰਦੇ ਇਹਨਾਂ ਨੂੰ ਮੈਂ ਕੱਢ ਕੇ ਵਾਸ਼ ਕਰੂੰਗੀ ਮੈਂ ਹਮੇਸ਼ਾ ਇਹ ਡਾਉਨ ਦੀ ਸਪਰੇਅ ਯੂਜ਼ ਕਰਦੀ ਆ ਥੋੜੀ ਦੇਰ ਇਹਦਾ ਸਪਰੇਅ ਕਰਕੇ ਮੈਨੂੰ ਰੱਖ ਦਿੰਨੀ ਆ ਫਿਰ ਮੈਂ ਬਰਸ਼ ਦੇ ਨਾਲ ਇਹਨੂੰ ਕਲੀਨ ਕਰਦੀ ਆ ਬਰਸ਼ ਤੁਸੀਂ ਲੈ ਸਕਦੇ ਆ ਡਾਲਰ ਸਟੋਰ ਤੋਂ ਇਹ इजीली ਇਹਦੇ ਵਿੱਚ ਪਹੁੰਚ ਜਾਂਦਾ ਆ ਜਾਈ ਹੁੰਦੇ ਆ ਆਪਾਂ oven ਨੂੰ ਕਰ ਲੈਣੇ ਕਲੀਨ ਆਫਟਰ 10 20 ਮਿੰਟਸ ਦੇ ਬਾਅਦ ਜਿੰਨੀ ਵੀ ਗਰੀਸ ਹੁੰਦੀ ਨਾ ਸੌਫਟ ਹੋ ਜਾਂਦੀ ਆ ਫਿਰ ਮੈਂ ਟਿਸ਼ੂ ਪੇਪਰ ਦੇ ਨਾਲ ਉਹਨੂੰ ਗਰੀਸ ਨੂੰ ਰਿਮੂਵ ਕਰ ਦਿੰਨੀ ਆ ਐਂਡ ਰਿਮੂਵ ਕਰਨ ਤੋਂ ਬਾਅਦ ਫਿਰ ਤੁਸੀਂ ਇਹਨੂੰ ਚੰਗੀ ਤਰ੍ਹਾਂ ਰਿੰਸ ਕਰ ਲਓ ਟਾਵਲ ਲੈ ਲਓ ਟਿਸ਼ੂ ਪੇਪਰ ਲੈ ਲਓ ਤੁਸੀਂ ਦੇਖ ਸਕਦੇ ਆ ਕਿ ਗਰੀਸ ਕਿੰਨੀ ਚੰਗੀ ਤਰ੍ਹਾਂ ਰਿਮੂਵ ਹੋ ਗਈ ਆ ਐਂਡ ਹੁਣ ਮੈਂ ਟਾਵਲ ਨੂੰ ਵੈਟ ਕਰਕੇ ਇਹਨੂੰ ਰਿੰਸ ਕਰ ਰਹੀ ਆ ਐਂਡ ਵਾਈਪ ਕਰ ਰਹੀ ਆ ਐਂਡ ਦਾ ਸੇਮ ਵੇ ਇਨਸਾਈਡ ਤੋਂ ਵੀ ਮੈਂ ਇਦਾਂ ਹੀ ਇਹਨੂੰ ਰਿੰਸ ਕਰ ਦਿੱਤਾ ਵਾਈਪ ਕਰ ਦਿੱਤਾ ਤੋਂ ਬਾਅਦ ਇਹਦੇ ਇੱਥੇ ਇੱਕ ਹੁੰਦੀ ਹੈ ਇਦਾਂ ਇਸ ਐਂਡ ਇਹਦੇ ਵਿੱਚ ਵੀ ਆਇਲ ਕਲੈਕਟ ਹੋ ਜਾਂਦਾ ਮੈਂ ਬਹੁਤ ਜਲਦੀ ਜਲਦੀ ਇਹਨੂੰ ਕਲੀਨ ਕਰਦੀ ਰਹੀ ਆ ਸੋ ਨਹੀਂ ਹੈਗਾ ਇਹਦੇ ਵਿੱਚ ਐਂਡ ਫਿਰ ਇੱਥੇ ਤੁਸੀਂ ਆਇਲ ਦੇਖ ਸਕਦੇ ਆ ਗਰੀਸ ਹੁਣ ਆਪਾਂ ਇਹਨੂੰ ਕਲੀਨ ਕਰ ਲੈਂਦੇ ਆ ਉਹਦਾ ਪਾਵਰ ਵਾਸ਼ ਮੇਰੀ ਕਿਚਨ ਦਾ King ਆ ਐਂਡ ਇਹ ਬਹੁਤ ਹੀ ਗੁੱਡ ਆ ਇਹਦੇ ਨਾਲ ਹੀ ਮੈਂ ਸਾਰਾ ਕੁਝ ਕਲੀਨ ਕਰਦੀ ਆ ਹੁਣ ਮੈਂ ਇਹਨੂੰ ਟਿਸ਼ੂ ਪੇਪਰ ਤੇ ਲੈ ਕੇ ਜਿੰਨੀ ਵੀ ਗਰੀਸ ਹੁੰਦੀ ਉਹਨੂੰ ਰਿਮੂਵ ਕਰੂੰਗੀ सो लोग दस के कि ऑयल हों सो में सारा क्लीन कर दी हाँ स्टेनलैस स्टील जे भी अपलायंसिज हों कलीन करने स्प्रे यूज कर दी हाँ जस्ट लिटल विथ ऑन अ टिश्यू पेपर ਈਜ਼ੀਲੀ ਇਹ ਕਲੀਨ ਹੋ ਜਾਂਦੀ ਹੈ ਚਿਮਨੀ ਐਂਡ ਮੋਸਟਲੀ ਸਾਰੀਆਂ ਚਿਮਨੀ ਸੇਮ ਹੁੰਦੀਆਂ ਇਦਾਂ ਫਿਲਟਰ ਕੱਢ ਕੇ ਇਹਨੂੰ ਕਲੀਨ ਕਰ ਲਓ ਐਂਡ ਜਿੰਨੀ ਵੀ ਅੰਦਰ ਗਰੀਸ ਹੁੰਦੀ ਉਹਨੂੰ ਕਲੀਨ ਕਰ ਲਓ ਇਹਨੂੰ ਕਰਦੇ ਆ ਬਾਹਰੋਂ ਐਂਡ ਇਨਸਾਈਡ ਤੋਂ ਇਹਨੂੰ ਮੈਂ ਕਿੱਦਾਂ ਕਲੀਨ ਕਰਦੀ ਐਂਡ ਆਰਗੇਨਾਈਜ਼ ਕਰਦੀ ਇਹਦੀ ਵੀਡੀਓ ਤੁਸੀਂ ਦੇਖ ਲਿਓ ਸਾਈਡ ਤੇ ਮੈਂ ਥੰਬਨੇਲ ਲਗਾਇਆ ਹੋਇਆ ਲੁੱਕ ਇਟ ਇਸ ਕਿੰਨੀ ਨੀਟ ਐਂਡ ਕਲੀਨ ਹੋ ਜਾਂਦੀ ਸੋ ਨਾ ਆਈ ਲਾਈਕ ਟੂ ਯੂਜ਼ ਸਮਰ ਦੇ ਵਿੱਚ ਅਸੀਂ ਇਦਾਂ ਲਾਈਟ ਜੀਆਂ ਕੰਫਰਟਰ ਸੈਟ ਯੂਜ਼ ਕਰਦੇ ਆ ਇਹਨਾਂ ਨੂੰ ਚੇਂਜ ਕਰੂੰਗੀ ਹੁਣ ਮੈਂ ਬੋਰਮ ਬਲੈਂਕਟਸ ਦੇ ਵਿੱਚ ਹਮੇਸ਼ਾ ਮੈਂ ਇਹਨੂੰ ਯੂਜ਼ ਕਰਦੀ ਆ ਇਹ ਹੈਗਾ ਮੈਟ੍ਰਸ ਦਾ ਕਵਰ ਇਹਦੇ ਨਾਲ ਥੋੜਾ ਮੈਟ੍ਰਸ ਖਰਾਬ ਨਹੀਂ ਹੁੰਦਾ ਸੋ ਲੌਨਲੈਸ ਚੇਂਜ ਇਟ ఎవਰੀਥਿੰਗ ਪਹਿਮੇ ਕਲੋਜ਼ੇਟ ਦਾ ਡੀਕਲਟਰ ਕੀਤਾ ਕਲੋਜ਼ੇਟ ਨੂੰ ਆਰਗੇਨਾਈਜ਼ ਕੀਤਾ ਇਹਦੀ ਸਪੈਸ਼ਲ ਸੈਪਰੇਟ ਵੀਡੀਓ ਸ਼ੇਅਰ ਕਰੂੰਗੀ ਹੁਣ ਮੈਂ ਆਪਣਾ ਲੰਚ ਐਂਡ ਡਿਨਰ ਬਣਾਉਣਾ ਲੈਫਟਓਵਰ ਬਾਅਦ ਚੀਜ਼ਾਂ ਕਰੂੰਗੀ ਸਭ ਤੋਂ ਪਹਿਲਾਂ ਇਹ ਜਿਹੜੀ ਮੈਂ ਚਿਮਨੀ ਸਵੇਰੇ ਵਾਸ਼ ਕੀਤੀ ਸੀ ਰਾਈਟ ਇਹਦੇ ਫਿਲਟਰ ਪਾ ਦੰਨੇ ਆ ਕਿਉਂਕਿ ਹੁਣ ਆਪਾਂ ਸਬਜੀ ਪਕਾਣੀ ਆ ਫਿਰ ਆਇਲ ਕਲੈਕਟ ਹੋ ਜਾਊਗਾ ਇਹਦੇ ਵਿੱਚ ਦੋਨੋਂ ਫਿਲਟਰ ਕਲੀਨ ਕਰਕੇ ਮੈਂ ਪਾਤੇ ਆ ਅਗਲੂ ਗੋਭੀ ਬਣਾ ਰਹੀ ਆ ਮੈਂ ਆਨਿਅਨ ਕੱਟ ਲੈ ਆ ਰਾਜਮਾ ਵੀ ਬਣੂਗੇ ਗੋਭੀ ਨੂੰ ਮੈਂ ਪਹਿਲਾਂ ਇਹਦਾ ਸਟੀਮ ਕਰ ਲੰਨੇ ਆ ਸੌ프 ਰਿਚ ਕਰਕੇ ਫਿਰ ਇਹਦੇ ਵਿੱਚ ਮੈਂ ਤੜਕਾ ਲਗਾਉਣੀ ਆ ਤੜਕਾ ਲਗਾਉਣਾ ਬਹੁਤ ਈਜ਼ੀ ਆ ਮੈਂ ਤੁਹਾਨੂੰ ਦੱਸਦੀ ਆ ਕੁਝ ਟਿਪਸ ਐਂਡ ਜੇ ਤੁਸੀਂ ਇਹਦਾ ਮੀਲ ਪ੍ਰੈਪ ਕਰਕੇ ਰੱਖਿਆ ਹੈ ਲਾਈਕ ਇਹ ਹੈਗਾ ਗਾਰਲਿਕ ਐਂਡ ਜਿੰਜਰ ਕਯੂਬਸ ਐਂਡ ਚਿਲੀ ਸੋ ਇਹ ਮੈਂ ਤੁਹਾਨੂੰ ਸ਼ੇਅਰ ਵੀ ਕੀਤਾ ਸੀ ਕਿ ਤੁਸੀਂ ਕਿਦਾਂ ਮੀਲ ਪ੍ਰੈਪ ਕਰਕੇ ਰੱਖਣਾ ਆ ਈਜ਼ੀ ਹੁੰਦਾ ਜਸਟ ਆਪਣੇ ਕਯੂਬਸ ਲਓ ਐਂਡ ਤੜਕੇ ਚ ਪਾਓ ਸੋ ਇਹਨੂੰ ਮੈਂ ਤੜਕੇ ਚ ਯੂਜ਼ ਕਰੂੰਗੀ ਅਨ ਇਹਨੂੰ ਤੁਸੀਂ ਦੇਖ ਲਿਓ ਕਿ ਕਿੰਦਾ ਮੈਂ ਮੀਲ ਪ੍ਰੈਪ ਕਰਦੀ ਹਾਂ ਬਸ ਗੋਭੀ ਸਟੀਮ ਹੋ ਰਹੀ ਆ ਹੁਣ ਮੈਂ ਤੜਕਾ ਲਗਾਉਂਗੀ ਇਹਨੂੰ ਰਾਜਮਾਨੋ ਮੈਂ ਕਿਚੜਾ ਕਿਸ ਤਰ੍ਹਾਂ ਬਣਾਵਾਂ ਗੋਭੀ ਜੀ ਜੇਕ ਬਣ ਜਾਂਦੀ ਹੈ ਸਬਜ਼ੀ ਅਰਗੇ ਮੈਂ ਨਾਲ ਨਾਲ ਹੀ ਪਕਾ ਰਹੇ ਹਾਂ ਹੰਡ ਕੋਪੀ ਦਾ ਮੈਂ ਇਦਾਂ ਤੜਕਾ ਪਕਾ ਲੰਨੇ ਆ ਇਹਦੇ ਵਿੱਚ ਵੀ ਸਾਰੇ ਕਯੂਬਸ ਮੈਂ ਐਡ ਕਰ ਦਿੱਤੇ ਆ ਐਂਡ ਥੋੜਾ ਜਿਹਾ ਪਕਾ ਕੇ ਫੇਰ ਸਟ੍ਰੇਟ ਇਹਨੂੰ ਗੋਭੀ ਦੇ ਵਿੱਚ ਐਡ ਕਰ ਦੇਣਾ ਗੋਭੀ ਦਾ ਬਣਾ ਕੇ ਦੇਖਿਓ ਬਹੁਤ ਵਧੀਆ ਬਣਦੀ ਆ ਐਂਡ ਰਾਜਮਾ ਦਾ ਵੀ ਜਿਹੜਾ ਮਸਾਲਾ ਪੱਕ ਗਿਆ ਇਹਦੇ ਵਿੱਚ ਮਿਠ ਮਿਰੋਜ਼ ਵੀ ਐਡ ਕੀਤੇ ਸੀ ਬਸ ਹੁਣ ਇਹਦੀ ਗ੍ਰੇਵੀ ਬਣਾ ਲਓ ਜਿੰਨਾ ਵੀ ਪਾਣੀ ਤੁਸੀਂ ਪਾਣਾ ਪਾ ਕੇ ਤੇ ਫਿਰ ਇਹਨੂੰ ਪਕਾ ਲਓ। ਮੈਂ ਆਪਣਾ ਲੰਚ ਅਨਟਨਰ ਪ੍ਰੈਪ ਕਰਕੇ ਰੱਖ ਲਿਆ ਹੈ ਸਾਰਾ ਕੁਝ ਬਣ ਗਿਆ অলਮੋਸਟ ਹੈਂਡ ਹੋਣ ਮੈਂ ਤੁਹਾਨੂੰ ਆਪਣੇ ਗਾਰਡਨ ਚ ਲੈ ਕੇ ਜਾਨੀ ਆ ਮੈਂ ਸਾਰੀ ਕਲੀਨਿੰਗ ਕਰਨੀ ਆ ਐਂਡ ਇਹ ਮੇਰਾ ਹੈਗਾ ਫਰੰਟ ਇਹਨੂੰ ਹੁਣ ਕੱਟਦੇ ਆ ਸਾਰਾ ਕੁਝ ਐਂਡ ਫਿਰ 스프ਰਿੰਗਲੀ ਵਧੀਆ ਰਹਿੰਦਾ। ਜਦੋਂ ਤੁਸੀਂ ਫਾਲ ਚ ਇਹ ਸਾਰਾ ਕੁਝ ਕਲੀਨ ਕਰ ਲੈਂਦੇ ਨਾ ਆਪਣੇ ਪਲੈਂਟਸ ਤੇ ਫਿਰ ਸਪ੍ਰਿੰਗ 'ਚ ਤੁਹਾਨੂੰ ਇੰਨਾ ਕੰਮ ਨਹੀਂ ਕਰਨਾ ਪੈਂਦਾ ਐਂਡ ਜਿਹੜੇ ਪਲੈਂਟਸ ਆਪਣੇ ਆਪ ਪਾਣੀ ਹੁੰਦੇ ਆ ਫਿਰ ਉਹਨਾਂ ਨੂੰ ਵੀ ਪ੍ਰੋਬਲਮ ਨਹੀਂ ਹੁੰਦੀ ਰਾਈਟ ਸੋ ਮੈਂ ਬੈਕਯਾਰਡ ਦੇ ਵਿੱਚ ਐਂਡ ਫਰੰਟ ਤੇ ਸਾਰਾ ਕੁਝ ਕੱਟ ਰਹੀ ਆ ਹਜੇ ਦੇਖਣ ਨੂੰ ਤੁਹਾਨੂੰ ਲੱਗ ਰਿਹਾ ਹੋਗਾ ਕਿ ਗ੍ਰੀਨ ਆ ਬਸ ਇੱਕ ਠੰਡ ਆਣ ਦੀ ਧੀਰ ਹੁੰਦੀ ਆ ਕੈਨੇਡਾ ਦੇ ਵਿੱਚ ਸਾਰਾ ਕੁਝ ਯੈਲੋ ਹੋ ਜਾਂਦਾ ਆ ਸੋ ਮੈਂ ਇਹਦਾ ਟਾਈਮ ਸੈੱਟ ਕੀਤਾ ਹੁੰਦਾ ਮੈਂ ਕਦੋਂ ਕੀ ਕਰਨਾ ਆ ਸੋ ਹੁਣ ਮੈਂ ਇਹਨੂੰ ਬਸ ਸਾਰੇ ਨੂੰ ਏਦਾਂ ਕੱਟ ਦਉਂਗੀ ਕਿਉਂਕਿ ਨੈਕਸਟ ਇਅਰ ਇਹ ਆਪਣੇ ਆਪ ਆ ਜਾਂਦੇ ਆ ਬਸ ਹੁਣ ਸਾਰੇ ਬੈਗ ਪਾੜ ਦਿੱਤੇ ਆ ਫਾਲ ਦੇ ਵਿੱਚ ਸਾਡੇ ਟਰੀਜ਼ ਦੇ ਲੀਵਸ ਵੀ ਬਹੁਤ ਹੋ ਜਾਂਦੇ ਆ ਜੈਲੋ ਜੈਲੋ ਉਹ ਵੀ ਮੈਂ ਆਪਣੇ ਗਾਰਡਨ ਚ ਸਾਰੇ ਕਲੀਨ ਕਰ ਰਹੀ ਆ ਐਂਡ ਏਦਾਂ ਫਿਰ ਅਸੀਂ ਬੈਗ ਫਿਲ ਕਰ ਦਈਦੇ ਆ ਐਂਡ ਹੁਣ ਮੈਂ ਲੈਫਟਓਵਰ ਜਿੰਨੇ ਵੀ ਹੋ ਗਏ ਉਹ ਮਸ਼ੀਨਾਂ ਚੱਕ ਲਉਂਗੀ ਐਂਡ ਗ੍ਰਾਸ ਨੂੰ ਇੱਕ ਵਾਰੀ ਕੱਟ ਦੰਨੇ ਆ ਇਹ ਸਪੈਲਮੈਸ ਦੇ ਵਿੱਚ ਕਲੈਕਟ ਕਰ ਲੈਨੇ ਆ ਫਿਰ ਈਜ਼ੀ ਹੁੰਦਾ ਗਰਾਸ ਵਾਲੇ ਬੈਗ ਦੇ ਵਿੱਚ ਪਾਣ ਲਈ ਐਂਡ ਚਲੋ ਇਹਨੂੰ ਹੁਣ ਪਾ ਦਨੇ ਆ ਗਰਾਸ ਬੈਗ ਦੇ ਵਿੱਚ ਮੇਰੇ ਬੈਕਯਾਰਡ ਦੇ ਵਿੱਚ ਨਾ ਪੈਪਰਸ ਲੱਗੀਆਂ ਹੋਈਆਂ ਹਜੇ ਵੀ ਹੋ ਰਹੀਆਂ ਤੁਸੀਂ ਮੈਨੂੰ ਦੱਸਿਓ ਕਿ ਇਹਨੂੰ ਮੈਂ ਹੁਣੇ ਕੱਟ ਦਵਾਂ ਜਾਂ ਹਜੇ ਵੀ ਵੇਟ ਕਰਾਂ ਬਟ ਸਟਿਲ ਹਜੇ ਵੀ ਥੋੜਾ ਜਿਹਾ ਮੈਦਰ ਠੀਕ ਆ ਸੋ ਕਾਫੀ ਛੋਟੀਆਂ ਛੋਟੀਆਂ ਹੈਗੀਆਂ ਮੇਰਾ ਇਹਨੂੰ ਪlant ਨੂੰ ਤੋੜਨ ਨੂੰ ਹਜੇ ਦਿਲ ਨਹੀਂ ਕਰ ਰਿਹਾ ਐਂਡ ਇਹਦੇ ਨਾਲ ਚਿੱਲੀ ਵੀ ਹੈਗੀਆਂ ਬਹੁਤ ਰੈਡ ਹੋਈ ਆ ਐਂਡ ਮੈਂ ਤੁਹਾਨੂੰ ਇੱਕ ਟਿਪ ਦੇਵਾਂ ਐਦਾਂ ਦੇ ਅਸੀਂ ਫਾਲ ਦੇ ਵਿੱਚ ਪਲੈਂਟਸ ਫਿਰ ਤੁਸੀਂ ਇਹਨੂੰ ਇੱਦਾਂ ਗਰਾਊਂਡ ਦੇ ਵਿੱਚ ਲਗਾ ਦਿਓ ਐਂਡ ਨੈਕਸਟ ইয়ার ਸਪ੍ਰਿੰਗ ਦੇ ਵਿੱਚ ਇਹ ਫੇ ਆਪਣੇ ਆਪ ਗਰੋ ਹੋ ਜਾਂਦੇ ਆ ਐਂਡ ਲਾਸਟ ইয়ার ਮੈਨੂੰ ਇੱਦਾਂ ਲਗਾਇਆ ਸੀਗਾ ਐਂਡ ਬਹੁਤ ਵਧੀਆ ਹੋ ਗਿਆ ਬਟ ਮੈਂ ਇਹਨੂੰ ਪੌਟ ਦੇ ਵਿੱਚ ਨਹੀਂ ਲਗਾਇਆ ਸੋ ਜੇ ਤੁਸੀਂ ਰਾਈਟ ਵੇ ਇਹਨੂੰ ਪੌਟ ਦੇ ਵਿੱਚ ਲਗਾ ਲਓ ਤਾਂ ਬਹੁਤ ਵਧੀਆ ਹੁੰਦਾ ਆ ਮੇਰੀ ਫੈਸਟੀਵਲ ਦੀ ਐਂਡ ਦੀਵਾਲੀ ਦੀ ਕਲੀਨਿੰਗ ਬਾਅਦ ਤਾਂ ਪੂਰੀ ਟਰਨ ਹੋ ਚੁੱਕੀ ਆ ਐਂਡ ਆਮ ਸੋ ਹੈਪੀ ਕਿ ਮੈਂ ਦੀਵਾਲੀ ਦੀ ਕਲੀਨਿੰਗ ਆਲਰੇਡੀ ਕਰ ਲਈ ਆ ਹੁਣ ਮੈਂ ਵਾਸ਼ ਕਰ ਰਹੀ ਆ ਚੰਗੀ ਤਰ੍ਹਾਂ ਮੈਂ ਗੱਡੀ ਵੀ ਕਲੀਨ ਕਰ ਲਈ ਆ ਹੁਣ ਮੈਂ ਆ ਗਈਆਂ ਇਨਸਾਈਟ ਐਂਡ ਮੈਂ ਆਪਣਾ ਲੰਚ ਐਂਡ ਡਿਨਰ ਪਹਿਲੇ ਬਣਾ ਕੇ ਰੱਖ ਲਿਆ ਜੀ ਗੋਭੀ ਬਣਾਈ ਸੀ ਐਂਡ ਰਾਜਮਾ ਐਂਡ ਉਹਦੇ ਨਾਲ ਫੇ ਮੈਂ ਬਣਾਈ ਰੋਟੀ ਐਂਡ ਡਿਨਰ ਡਨ ਹੋ ਗਿਆ ਐਂਡ ਜਿੰਨੇ ਵੀ ਮੇਰੇ ਡਿਸ਼ਵਾਸ਼ਰ ਦੇ ਵਿੱਚ ਬਰਤਨ ਸੀ ਪਹਿਲਾਂ ਮੈਂ ਉਹਨਾਂ ਨੂੰ ਕੱਢ ਕੇ ਆਰਗੇਨਾਈਜ਼ ਕਰੂੰਗੀ ਸਾਰਾ ਕੁਝ ਹੁਣ ਮੈਂ ਆਪਣੀ ਡਿਸ਼ਵਾਸ਼ਰ ਨੂੰ ਡੀਪ ਕਲੀਨ ਕਰੂੰਗੀ ਇਹਦਾ ਫਿਲਟਰ ਆਲਰੇਡੀ ਮੈਂ ਕੱਢ ਕੇ ਉਹਨੂੰ ਵਾਸ਼ ਕਰ ਦਿੱਤਾ ਇਹਦੀ ਡਿਟੇਲ ਚ ਵੀਡੀਓ ਚੈੱਕ ਕਰ ਲਿਓ ਕਿੱਦਾਂ ਇਹਨੂੰ ਓਪਨ ਕਰਨਾ ਹੈ ਬਸ ਐਦਾਂ ਇਹਨੂੰ ਇਤੋਂ ਓਪਨ ਕਰ ਲੈਣਾ ਉਸ ਵੀਡੀਓ ਦੇ ਵਿੱਚ ਮੈਂ ਡਿਟੇਲ ਚ ਦੱਸਿਆ ਆ ਤੇ ਲੌਕ ਕਰ ਦਿੱਤਾ ਹੁਣ ਮੈਂ ਇਹਨੂੰ ਫਿਲਟਰ ਨੂੰ ਐਂਡ ਹੁਣ ਮੈਂ ਇਹਨੂੰ ਬਸ ਕਰੂੰਗੀ ਡੀਪ ਕਲੀਨ ਲਾਈਕ ਪਹਿਲਾਂ ਤੁਸੀਂ ਐਦਾਂ ਕਲੀਨ ਕਰ ਲੈਣਾ ਸਪਰੇਅ ਕਰਕੇ ਜੋ ਵੀ ਸਪਰੇਅ ਤੁਸੀਂ ਯੂਜ਼ ਕਰਦੇ ਆ ਵੈਨੇਗਰ ਲੈ ਲਓ ਐਂਡ ਫਿਰ ਮੈਂ ਇਹਦੇ ਵਿੱਚ ਇੱਕ ਟੈਬਲੇਟ ਪਾਉਂਦੀ ਆ ਸੋ ਤੁਸੀਂ ਡਿਸ਼ਵਾਸ਼ਰ 클ੀਨਰ ਦੇ ਇੱਕ ਟੈਬਲੇਟ ਯੂਜ਼ ਕਰ ਸਕਦੇ ਆਂ ਐਂਡ ਬਸ ਹੁਣ ਮੈਂ ਇਹਨੂੰ ਕਲੀਨ ਤੇ ਲਗਾ ਦੂੰਗੀ ਅੱਜ ਮੈਂ ਫੈਸਟੀਵਲ ਤੇ ਦੀਵਾਲੀ ਦੀ ਕਲੀਨਿੰਗ ਲਈ ਘਰ ਦੇ ਸਾਰੇ ਅਪਲਾਈਂਸਸ ਕਲੀਨ ਕਰ ਦਿੱਤੇ ਆ ਡੀਪ ਕਲੀਨ ਇਹ ਮੇਰੀ ਹੈਗੀ ਆ ਲਾਂਡਰੀ ਦੀ ਮਸ਼ੀਨ ਐਂਡ ਇਹਨੂੰ ਵੀ ਮੈਂ ਡੀਪ ਕਲੀਨ ਕਰਦੀ ਆਫਟਰ ਮੰਥ অর ਆਫਟਰ 2 ਮੰਥਸ ਇਹਦੀਆਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਮੈਂ ਇਦਾਂ ਕੱਟ ਕੇ ਕਲੀਨ ਕਰ ਲੰਨੀ ਆ ਵਾਸ਼ ਕਰ ਲੰਨੀ ਆ ਇਹਦੇ ਵਿੱਚ ਅਸੀਂ ਸੋਪ ਪਾਉਂਦੇ ਆ ਰਾਈਟ ਡਿਟਰਜੈਂਟ ਇਹਨੂੰ ਵੀ ਕਲੀਨ ਕਰ ਲਿਆ ਕਰੋ ਕੱਟ ਕੇ ਨਾਓ ਇਨਸਾਈਡ ਮੈਂ ਸਪਰੇਅ ਕਰਕੇ ਇਹਨੂੰ ਵੀ ਟੱਬ ਨੂੰ ਚੰਗੀ ਤਰ੍ਹਾਂ ਕਲੀਨ ਕਰੂੰਗੀ ਐਂਡ ਇਹਦੀ ਰ버 ਹੁੰਦੀ ਫਰੰਟ ਤੇ ਉੱਥੇ ਵੀ ਸਪਰੇਅ ਕਰੂੰਗੀ ਐਂਡ ਡੋਰ ਤੇ ਵੀ ਬਹੁਤ ਸਾਰੀ ਗਰੀਸ ਹੋ ਜਾਂਦੀ ਆ ਐਂਡ ਟਿਸ਼ੂ ਪੇਪਰ ਦੇ ਨਾਲ ਸਾਰੀ ਗ੍ਰੀਸ ਨੂੰ ਮੈਂ ਪਹਿਲਾਂ ਰਿਮੂਵ ਕਰੂੰਗੀ ਐਂਡ ਜੇ ਤੁਹਾਡੇ ਸਟਿੰਕੀ ਰਹਿੰਦੇ ਹਨ ਨਾ ਕੱਪੜੇ ਤਾਂ ਆਪਣੀ ਮਸ਼ੀਨ ਨੂੰ ਹਮੇਸ਼ਾ ਵਾਸ਼ ਕਰਿਆ ਕਰੋ ਆਫਟਰ ਮੰਥ অর 2 ਮੰਥਸ ਤੇ ਵਿੱਚ ਵੀ ਬਹੁਤ ਸਾਰੀ ਗ੍ਰੀਸ ਹੁੰਦੀ ਹੈ ਇਸ ਕਰਕੇ ਤੁਹਾਡੇ ਕੱਪੜੇ ਸਟਿੰਕੀ ਹੋ ਜਾਂਦੇ ਆ ਉੱਥੇ ਵੀ ਸਪਰੇਅ ਕਰਕੇ ਤੁਸੀਂ ਟਿਸ਼ੂ ਪੇਪਰ ਦੇ ਨਾਲ ਸਾਰਾ ਜਿੰਨਾ ਵੀ ਇਹਦੇ ਵਿੱਚ ਗੰਗ ਹੁੰਦਾ ਨਾ ਉਹਨੂੰ ਕੱਟ ਦਿਓ ਐਂਡ ਫਰੰਟ ਤੇ ਇੱਕ ਰਫੜ ਹੁੰਦੀ ਆ ਉਹਨੂੰ ਵੀ ਟਿਸ਼ੂ ਪੇਪਰ ਦੇ ਨਾਲ ਕੱਪੜੇ ਦੇ ਨਾਲ ਚੰਗੀ ਤਰ੍ਹਾਂ ਕਲੀਨ ਕਰੋ ਕਿਉਂਕਿ ਇੱਥੇ ਬਹੁਤ ਸਾਰੀ ਗ੍ਰੀਸ ਹੁੰਦੀ ਆ ਬਹੁਤ ਸਾਰੇ ਹੇਅਰ ਹੋ ਜਾਂਦੇ ਆ ਐਂ ਫਿਰ ਇਹਦੇ ਨਾਲ ਇੱਕ ਫਿਲਟਰ ਹੁੰਦਾ ਆ ਉਹਨੂੰ ਵੀ ਤੁਸੀਂ ਕਲੀਨ ਕਰ ਸਕਦੇ ਆ ਸਾਰੀਆਂ ਚੀਜ਼ਾਂ ਨੂੰ ਮੈਂ ਕਰ ਲਿਆ ਕਲੀਨ ਐਂਡ ਇਹਦੀ ਮੈਂ ਸਪੈਸ਼ਲ ਵੀਡੀਓ ਬਣਾਈ ਆ ਕਿ ਫਿਲਟਰ ਨੂੰ ਕਿੱਦਾਂ ਓਪਨ ਕਰਨਾ ਆ ਐਂਡ ਇਹਦੇ ਹੋਰ ਵੀ ਬਹੁਤ ਸਾਰੇ ਟਿਪਸ ਮੈਂ ਸ਼ੇਅਰ ਕੀਤੇ ਆ ਸੋ ਉਸ ਵੀਡੀਓ ਨੂੰ ਜ਼ਰੂਰ ਚੈੱਕ ਕਰਿਓ ਹੁਣ ਮੈਂ ਟਾਈਟ ਦਾ ਬਾਕੀ ਯੂਜ਼ ਕਰ ਰਹੀਆਂ ਇਹ ਹੈਗਾ ਆ ਵਾਸ਼ਿੰਗ ਮਸ਼ੀਨ ਕਲੀਨਰ ਪਾਊਡਰ ਹੁੰਦਾ ਆ ਟੈਬਲੇਟਸ ਵੀ ਮਿਲ ਜਾਂਦੀਆਂ ਆ ਮੈਂ ਇਹਨੂੰ ਯੂਜ਼ ਕਰਦੀ ਮੈਂ ਇਹਨੂੰ ਲਾਈਕ ਕਰਦੀ ਆ ਸੋ ਤੁਸੀਂ ਕਿਸੇ ਵੀ ਸਟੋਰ ਤੋਂ ਲੈ ਸਕਦੇ ਆ ਬਸ ਇਹਨੂੰ ਟੱਪ ਦੇ ਵਿੱਚ ਪਾ ਦਣਾ ਆ ਐਂਡ ਹੁਣ ਹਰ ਇੱਕ ਮਸ਼ੀਨ ਦੇ ਵਿੱਚ ਸੈਲਫ ਕਲੀਨ ਦਾ ਬਟਨ ਹੁੰਦਾ ਆ ਸੋ ਬਸ ਤੁਸੀਂ ਉਹਨੂੰ ਫਾਈਂਡ ਆਊਟ ਕਰਕੇ ਉਹਨੂੰ ਪ੍ਰੈਸ ਕਰ ਦੇਣਾ ਆ ਐਂਡ ਫਿਰ ਉਹ ਹੌਟ ਵਾਟਰ ਨੂੰ ਯੂਜ਼ ਕਰਦੀ ਆ ਮੇਰੀ ਮਸ਼ੀਨ ਆਲਮੋਸਟ 4 ਆਵਰਸ ਲੈਂਦੀ ਆ ਇਸ ਮਸ਼ੀਨ ਨੂੰ ਕਲੀਨ ਕਰਨ ਲਈ ਹੁਣ ਮੈਂ ਆਪਣੇ ਕਾਊਚ ਨੂੰ ਕਰ ਰਹੀ ਹਾਂ ਕਲੀਨ ਐਂਡ ਇਹ ਵੀਡੀਓ ਮੈਂ ਇੱਕ ਸੈਪਰੇਟ ਅਪਲੋਡ ਕਰ ਦਿੰਦੀ ਆ ਕਿ ਮੈਂ ਫਾਲ ਦੇ ਲਈ ਆਪਣੇ ਘਰ ਨੂੰ ਕਿਦਾਂ ਡੈਕੋਰੇਟ ਕੀਤਾ ਸੀਗਾ ਉਸ ਵੀਡੀਓ ਨੂੰ ਜ਼ਰੂਰ ਚੈੱਕ ਕਰਿਓ ਕਾਊਚ ਤੇ ਮੈਂ ਇਹਦਾ ਸਪਰੇਅ ਕਰਕੇ ਫਿਰ ਆਪਣੇ ਕੁਸ਼ਨਸ ਰੱਖਦੀ ਆ ਐਂਡ ਫੈਬਰਿਕ ਵਾਲੀ ਸਪਰੇਅ ਬਹੁਤ ਹੀ ਵਧੀਆ ਹੁੰਦੀ ਆ ਐਂਡ ਫਰੈਸ਼ ਹੋ ਜਾਂਦਾ ਤੁਹਾਡਾ ਕਾਊਚ ਐਂਡ ਹੁਣ बस ਮੈਂ ਰੱਖ ਦੂੰਗੀ ਆਪਣੇ ਕੁਸ਼ਨਸ ਹੁਣ ਮੈਂ ਕਰੂੰਗੀ ਐਂਡ ਦੇ ਵਿੱਚ ਮੋਪ एंड मैं होप कर दिया कि थोड़ू अजी मेरी डीप क्लीनिंग वीडियो चंकी लगी होगी मैं फैसटिवल एंड दिवाली द क्लीनिंग ऑलरेडी डन कर ली आ एंड हजे भी बहुत सारिया चीज़ें एक्चुअली बाकी है जिड़िया मैं अपकमिंग भीडियोज शेयर करूँगी एंड तुम्हें भी मैंने दस्यो कि तुम्हें फैसटिवल एंड दिवाली की क्लीनिंग डन कर ली आ हूँ मैं मिलूँगी थोड़ा अपकमिंग भीडियो के एंड जे तीन हजे तक सबसक्राइब नहीं किया मेरे चैनल में जल्दी ना सबसक्राइब कर लियो एंड थैंक यू फॉर वॉचिंग दिस भीड एंड आई विज सी यू सुन